ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਤੇ ਮੈਂ ਕੁਲਦੀਪ ਸਿੰਘ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਵਿੱਚ 7 ਦਿਨ ਲਈ ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਹੀ ਜੀ ਜੁੜ ਚੁੱਕੇ ਨੇ। ਜੀ ਪਲਾਹੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਪਲਾਹੀ ਸਾਹਿਬ, ਹੁਣ ਕੈਪਟਨ ਸਰਕਾਰ ਟੌਪ ਗੇਅਰ ਦੇ ਲਾ ਕੇ ਨਜ਼ਰ ਆ ਰਹੀ ਹੈ, ਟੌਪ ਗੇਅਰ 'ਚ ਚੱਲਦੀ ਗੱਡੀ ਨਜ਼ਰ ਆ ਰਹੀ ਹੈ ਸਰਕਾਰ ਦੀ। ਕੈਪਟਨ ਸਰਕਾਰ ਹੁਣ ਹੌਲੀ ਹੌਲੀ ਆਪਣੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚੋਂ ਇੱਕ ਵਾਅਦਾ ਕਿਸਾਨ ਕਰਜ਼ ਮਾਫੀ ਦਾ, ਜੋ ਕਿ ਹੁਣ ਤੀਜੇ ਪੜਾਅ ਵਿੱਚ ਪਹੁੰਚ ਗਿਆ, ਅਤੇ ਇਸ ਦੌਰਾਨ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ 18,803 ਕਿਸਾਨਾਂ ਨੂੰ ਕਰਜ਼ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ, ਅਤੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਕਰਜ਼ ਮਾਫੀ ਦੇ ਚੌਥੇ ਪੜਾਅ ਵਿੱਚ ਸਹਿਕਾਰੀ ਬੈਂਕਾਂ ਦੇ ਇਲਾਵਾ ਹੋਰ ਬੈਂਕਾਂ ਦੇ ਕਰਜ਼ੇ ਵੀ ਮਾਫ ਕੀਤੇ ਜਾਣਗੇ। ਕੀ ਲੱਗਦਾ ਕਿ ਕੈਪਟਨ ਸਰਕਾਰ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਰਹੀ ਹੈ? ਦੇਖੋ, ਇਹ ਤਾਂ ਹੁਣ ਕੈਪਟਨ ਸਰਕਾਰ ਦੀ ਮਜਬੂਰੀ ਬਣ ਚੁੱਕੀ ਹੈ ਜੀ। ਜਿਵੇਂ ਮੋਦੀ ਸਰਕਾਰ ਨੇ ਪਿਛਲੇ 5 ਵਰੇ ਐਵੇਂ ਐਵੇਂ ਲਗਾ ਦਿੱਤੇ ਨੇ ਜੀ, ਤੇ ਕੋਈ ਵੀ ਇਹੋ ਜਿਹਾ ਪ੍ਰੋਜੈਕਟ ਸਿਰੇ ਨਹੀਂ ਲਾਇਆ। ਕੁਝ ਪ੍ਰੋਜੈਕਟ ਸ਼ੁਰੂ ਕੀਤੇ, ਵਿੱਚ ਵਿਚਾਲੇ ਛੱਡ ਦਿੱਤੇ ਜੀ, ਤੇ ਲੋਕ ਹੁਣ 5ਵੇਂ ਸਾਲ ਦੇ ਵਿੱਚ ਜਦੋਂ ਸਵਾਲ ਪੁੱਛਣ ਲੱਗਦੇ ਨੇ ਤੇ ਉਸ ਵੇਲੇ ਖਾਲੀ ਚੋੜੀ ਨਜ਼ਰ ਆਉਂਦੀ ਹੈ। ਠੀਕ ਹੈ, ਪਰ ਕੈਪਟਨ ਸਾਹਿਬ ਨੇ ਸ਼ੁਰੂਆਤ ਚੰਗੀ ਕੀਤੀ ਸੀ, ਬਾਵਜੂਦ ਇਸ ਗੱਲ ਦੇ ਵੀ ਉਹਦੇ ਕੋਲ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਅਕਾਲੀ ਭਾਜਪਾ ਸਰਕਾਰ ਛੱਡ ਗਈ ਸੀ, ਤੇ ਪੱਲੇ ਉਸਦੇ ਕੁਛ ਵੀ ਨਹੀਂ ਸੀ, ਪਾਵੇ ਕਿ ਖਜ਼ਾਨਾ ਖਾਲੀ ਸੀ ਜੀ। ਪਰ ਇਹ ਸਾਰੇ ਕੁਝ ਦੇ ਬਾਵਜੂਦ ਵੀ ਕੈਪਟਨ ਨੇ ਯਤਨ ਕੀਤਾ ਕਿ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਹੈ ਉਸ ਨੂੰ ਪੂਰਿਆਂ ਕੀਤਾ ਜਾਏ। ਪਹਿਲੇ ਦੋ ਜਿਹੜੇ ਪੜਾਅ ਸਨ, ਉਹਨਾਂ ਦੋਹਾਂ ਪੜਾਵਾਂ ਦੇ ਵਿੱਚ ਕੁਝ ਕਰਜ਼ੇ ਮਾਫ਼ ਕੀਤੇ ਗਏ ਉਹਨਾਂ ਸੁਸਾਇਟੀਆਂ ਦੇ ਵਿੱਚ ਜਿਹਨਾਂ ਸੁਸਾਇਟੀਆਂ ਤੋਂ ਕਿਸਾਨਾਂ ਨੇ ਕਰਜ਼ੇ ਲਏ ਹੋਏ ਸਨ, 2.5 ਏਕੜ ਦੀ ਜਿਹਨਾਂ ਦੀ ਜ਼ਮੀਨ ਦੀ ਲਿਮਿਟ ਸੀ। ਪਰ ਨਾਲ ਦੀ ਨਾਲ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਹਿਕਾਰੀ ਬੈਂਕਾਂ ਦੇ ਵਿਚਲੇ ਕਰਜ਼ੇ ਵੀ ਮਾਫ਼ ਕੀਤੇ ਨੇ ਜੀ। ਹੁਣ ਮਾਨਸਾ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਸ ਦੇ ਲਾਗੇ ਸੰਗਰੂਰ ਪੈਂਦਾ ਹੈ, ਲੁਧਿਆਣਾ ਵੀ ਲਾਗੇ ਪੈਂਦਾ ਹੈ, ਉਸ ਦੇ ਕੁੱਲ ਮਿਲਾ ਕੇ ਕਾਫੀ ਕਿਸਾਨ ਨੇ। ਇਹਨਾਂ ਕਿਸਾਨਾਂ ਦਾ ਕਰਜ਼ਾ ਜਿਹੜਾ ਹੈ ਮਾਫ਼ ਕਰਨ ਲਈ ਹੁਣ ਤੀਜੇ ਪੜਾਅ ਦੇ ਵਿੱਚ ਸਹਿਕਾਰੀ ਜਿਹੜੀਆਂ ਬੈਂਕਾਂ ਨੇ ਉਹਨਾਂ ਵਿਚਲੇ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਗਈ ਹੈ। ਬਿਲਕੁਲ, 95 ਕਰੋੜ ਰੁਪਏ ਦੇ ਕਰਜ਼ਿਆਂ ਮਾਫ਼ ਕਰਨ ਲਈ ਬਹੁਤ ਵੱਡਾ ਫੰਕਸ਼ਨ ਕੀਤਾ ਗਿਆ। ਪਰ ਇਹਦੇ ਵਿੱਚ ਵਿਲੱਖਣਤਾ ਇੱਕ ਗੱਲ ਦੀ ਇਹ ਸੀ ਕਿ ਫਾਜ਼ਿਲਕਾ ਜ਼ਿਲ੍ਹਾ, ਜਿੱਥੋਂ ਸੁਖਬੀਰ ਬਾਦਲ ਜਿਹੜੇ ਨੇ ਉਹ ਚੋਣਾਂ ਲੜਦੇ ਰਹੇ ਨੇ, ਜਾਂ ਉਹਨਾਂ ਦੀ ਪਾਰਟੀ ਦੇ ਖਾਸ ਬੰਦੇ ਚੋਣਾਂ ਲੜਦੇ ਨੇ, ਔਰ ਸਮਝਿਆ ਜਾਂਦਾ ਕਿ ਫਾਜ਼ਿਲਕਾ ਦੇ ਵਿੱਚ ਉਹਨਾਂ ਦੀ ਵੱਡੀ ਪਹੁੰਚ ਹੈ, ਉੱਥੋਂ ਦੇ ਕਿਸਾਨਾਂ ਦੇ ਕਰਜ਼ੇ ਵੀ ਕਵਾਇਆ ਸਾਹਿਬ ਜਿਹੜੇ ਉੱਥੇ MLA ਨੇ ਉਹਨਾਂ ਦੇ ਰਾਹੀਂ ਵੰਡੇ ਗਏ ਨੇ। ਕੈਪਟਨ ਵੱਲੋਂ ਹੁਣ ਇਹ ਯਤਨ ਹੋ ਰਿਹਾ ਕਿਉਂਕਿ 2019 ਦੀ ਜਿਹੜੀ ਚੋਣ ਹੈ ਉਸ ਵਿੱਚ ਗਿਣਤੀ ਮਿਣਤੀ ਦੇ ਦਿਨ ਰਹਿ ਗਏ ਨੇ, ਕੁਝ ਇਹੋ ਜਿਹੇ ਕੰਮ ਕੀਤੇ ਜਾਣ ਜਿਹਦੇ ਨਾਲ ਵੋਟਾਂ ਬਟੋਰੀਆਂ ਜਾ ਸਕਣ। ਹੁਣੇ ਅੱਜ ਮੀਟਿੰਗ ਹੈ ਕੈਬਨਿਟ ਦੀ, ਕੈਬਨਿਟ ਦੀ ਮੀਟਿੰਗ ਵਿੱਚ ਬਹੁਤ ਸਾਰੇ ਲਾਊ ਫੈਸਲੇ ਲਏ ਜਾਣਗੇ, ਔਰ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ 18 ਫਰਵਰੀ ਨੂੰ ਬਜਟ ਸੈਸ਼ਨ ਜਿਹੜਾ ਉਹ ਵੀ ਕੀਤਾ ਜਾਏ। ਆਮ ਤੌਰ ਤੇ ਬਜਟ ਦਾ ਜਿਹੜਾ ਕੰਮ ਕਾਜ ਹੈ ਉਹ ਮਾਰਚ ਦੇ ਮਹੀਨੇ ਵਿੱਚ ਹੁੰਦਾ, ਪਰ ਕਿਉਂਕਿ ਚੋਣਾਂ ਲਾਗੇ ਆ ਗਈਆਂ ਨੇ, ਕੇਂਦਰ ਦੀ ਸਰਕਾਰ ਵੀ ਬਜਟ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸਰਕਾਰ ਨੇ ਬਜਟ ਜਿਹੜਾ ਹੈ ਉਹ ਪੇਸ਼ ਕਰਨ ਦੀ ਗੱਲ ਵੀ ਸੋਚੀ ਹੈ। ਜਿੱਥੋਂ ਤੱਕ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਹੈ, ਇਸ ਮਾਮਲੇ ਤੇ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਗੱਲ ਕਰਦੇ ਨੇ ਤੇ ਇੱਕੋ ਗੱਲ ਪਹਿਲ ਦੇ ਆਧਾਰ ਤੇ ਉਹ ਕਰਦੇ ਨੇ ਕਿ ਕਰਜ਼ੇ ਤਾਂ ਅਸੀਂ ਮਾਫ਼ ਕਰ ਰਹੇ ਹਾਂ ਜਿੰਨੀ ਸਾਡੇ 'ਚ ਹਿੰਮਤ ਹੈ, ਕਰਜ਼ੇ ਅਸੀਂ ਮਾਫ਼ ਕਰ ਰਹੇ ਹਾਂ ਜਿਹਦੇ ਨਾਲ ਕਿਸਾਨਾਂ ਨੂੰ ਬਹੁਤਾ ਵੱਡਾ ਫਾਇਦਾ ਹੋਣ ਵਾਲਾ ਨਹੀਂ, ਕਿਸਾਨਾਂ ਦੇ ਅਸੀਂ ਕਰਜ਼ੇ ਮਾਫ਼ ਕਰ ਰਹੇ ਹਾਂ ਬਾਵਜੂਦ ਇਸ ਗੱਲ ਦੇ ਵੀ ਉਹ ਘਾਟੇ ਦੀ ਖੇਤੀ ਕਰਦੇ ਨੇ ਤੇ ਉਹਨਾਂ ਨੂੰ ਫਾਇਦਾ ਕੋਈ ਨਹੀਂ ਹੁੰਦਾ। ਪਰ ਇਸ ਸੰਬੰਧ ਦੇ ਵਿੱਚ 2 ਗੱਲਾਂ ਉਹ ਆਮ ਤੌਰ ਤੇ ਕਰਿਆ ਕਰਦੇ ਨੇ, ਉਹਨਾਂ ਵਿੱਚੋਂ ਇੱਕ ਇਹ ਕਿ ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਜਿਹੜੀ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਲਿਆਂਦੀ ਗਈ ਸੀ, ਔਰ ਜਿਸ ਨੂੰ ਨਾ ਮਨਮੋਹਨ ਸਿੰਘ ਦੀ ਸਰਕਾਰ ਨੇ ਤੇ ਨਾ ਹੀ ਅੱਗੋਂ ਮੋਦੀ ਸਰਕਾਰ ਨੇ ਲਾਗੂ ਕਰਨ ਦਾ ਯਤਨ ਕੀਤਾ ਜਾਂ ਉਹਦੇ ਬਾਰੇ ਪੂਰੀ ਸਮੀਖਿਆ ਕਰਕੇ ਮਸਲਾ ਜਿਹੜਾ ਹੈ ਸਾਹਮਣੇ ਲਿਆਂਦਾ। ਉਸ ਮਨਮੀ ਰਾਤਨ ਦੀ ਜਿਹੜੀ ਰਿਪੋਰਟ ਹੈ ਉਹ ਕੀ ਕਹਿੰਦੀ ਹੈ ਕਿ ਕਿਸਾਨਾਂ ਨੂੰ ਘੱਟੋ ਘੱਟ ਲਾਹਾ ਜਿਹੜਾ ਹੈ ਮਿਲਣਾ ਚਾਹੀਦਾ ਇੰਨਾ ਕੁ ਕਿ ਜਿੰਨੀ ਕੁ ਉਹਨਾਂ ਦੀ ਲਾਗਤ ਆਉਂਦੀ ਹੈ ਪਲੱਸ ਉਹਦੇ ਉੱਤੇ ਕੁਝ ਉਹਨਾਂ ਨੂੰ ਮੁਨਾਫ਼ਾ ਮਿਲੇ।
ਪਰ ਕੇਂਦਰ ਦੀ ਸਰਕਾਰ ਜਿਹੜੀ ਹੈ ਉਸਨੇ ਇਸ ਪਾਸੇ ਵੱਲਾਂ ਕੋਈ ਧਿਆਨ ਨਹੀਂ ਦਿੱਤਾ। ਦੂਸਰਾ ਉਹਨਾਂ ਨੇ ਇਸ ਪਾਸੇ ਵੱਲਾਂ ਵੀ ਧਿਆਨ ਨਹੀਂ ਦਿੱਤਾ ਕਿ ਜਿਸ ਵੇਲੇ ਕਰਜ਼ੇ ਮਾਫ ਕਰਨ ਦੀ ਗੱਲ ਉਹ ਕਰਦੇ ਨੇ ਤੇ ਉਸ ਵੇਲੇ ਉਹ ਕਹਿੰਦੇ ਨੇ ਕਿ ਭਾਈ ਜੇ ਕਰਜ਼ੇ ਮਾਫ ਕਰਨੇ ਨੇ ਮੋਦੀ ਸਾਹਿਬ ਕਹਿੰਦੇ ਨੇ ਤੇ ਉਹ ਸੂਬਾ ਸਰਕਾਰਾਂ ਕਰਨ, ਕਿਉਂਕਿ ਇਹ ਕੰਮ ਜਿਹੜਾ ਹੈ ਸੂਬਾ ਸਰਕਾਰਾਂ ਦਾ ਹੈ। ਪਰ ਉਹ ਇੱਥੇ ਉਹ ਭੁੱਲ ਜਾਂਦੇ ਨੇ ਕਿ ਕੇਂਦਰ ਦੇ ਬਹੁਤ ਸਾਡਾ ਦੇਸ਼ ਜਿਹੜਾ ਹੈ ਬਹੁਤ ਵੱਡਾ ਹੈ, ਅਸੀਂ ਖੇਤੀ ਆਧਾਰਿਤ ਸਾਡੀ ਆਰਥਿਕਤਾ ਹੈ, ਉਦਯੋਗ ਦੇ ਵਿੱਚ ਅਸੀਂ ਬਹੁਤੀ ਵੱਡੀ ਤਰੱਕੀ ਨਹੀਂ ਕੀਤੀ ਤੇ ਜਦ ਤੱਕ ਦੇਸ਼ ਦਾ ਕਿਸਾਨ ਜਿਹੜਾ ਮਤਲਬ ਜਿਹਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ 70% ਪੇਂਡੂ ਲੋਕ ਨੇ ਔਰ ਪੇਂਡੂ ਲੋਕਾਂ ਦੇ ਵਿੱਚੋਂ ਜਿਹੜੇ 70% ਅੱਗੋਂ ਨੇ ਉਹ ਖੇਤੀ ਤੇ ਆਧਾਰਿਤ ਨੇ, ਉਹਨਾਂ ਸਾਰਿਆਂ ਦਾ ਜੀਵਨ ਜਿਹੜਾ ਹੈ ਖੇਤੀ ਤੇ ਚੱਲਦਾ ਹੈ ਤੇ ਖੇਤੀ ਤੋਂ ਵੀ ਅੱਗੋਂ ਗੱਲ ਇਹ ਹੈ ਵੀ ਬਾਰਿਸ਼ ਪੈਂਦੀ ਹੈ ਤੇ ਉਸ ਗੱਲ ਤੇ ਚੱਲਦਾ ਹੈ, ਇਸ ਤੋਂ ਵੀ ਅਗਲੀ ਗੱਲ ਇਹ ਕਿ ਜੇ ਸੋਕਾ ਪੈਂਦਾ ਤੇ ਨੁਕਸਾਨ ਹੁੰਦਾ ਹੈ। ਪਰ ਕੇਂਦਰ ਦੀ ਸਰਕਾਰ ਨੇ ਕਦੇ ਵੀ ਕਿਸਾਨਾਂ ਦੀਆਂ ਉਹਨਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਨੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਯਤਨ ਨਹੀਂ ਕੀਤਾ, ਨਾ ਉਹਨਾਂ ਦੀ ਸਿੰਜਾਈ ਬਾਰੇ ਕੋਈ ਗੱਲ ਕੀਤੀ, ਨਾ ਸੁਧਰੇ ਹੋਏ ਬੀਜ ਲਿਆਉਣ ਦੀ ਗੱਲ ਕੀਤੀ। ਪਰ ਇੱਕੋ ਗੱਲ ਜਿਹੜੀ ਕੀਤੀ ਹੈ ਉਹ ਇਹ ਕਿ ਉਹਨਾਂ ਨੂੰ ਨਵੀਂ ਨਵੀਂ ਮਸ਼ੀਨਰੀ ਜਿਹੜੀ ਲਿਆ ਕੇ ਦੇ ਦਿੱਤੀ, ਜਿਹਦੇ ਨਾਲ ਲੋਕ ਕਿਸਾਨ ਜਿਹੜੇ ਨੇ ਇੱਕ ਦੂਜੇ ਦੀ ਰੀਸੋ ਰੀਸੀ ਕਰਜ਼ਾਈ ਬਣ ਗਏ। ਕਰਜ਼ਾਈ ਬਣਨ ਤੋਂ ਬਾਅਦ ਉਹਨਾਂ ਨੇ ਆਤਮ ਹੱਤਿਆਵਾਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ, ਲਗਾਤਾਰ ਛੋਟੇ ਛੋਟੇ ਸਿਆੜ ਰਹਿ ਗਏ ਨੇ ਕਿਸਾਨਾਂ ਦੇ, ਉਹਨਾਂ ਸਿਆੜਾਂ ਦੇ ਉੱਤੋਂ ਉਹ ਆਪਣੀ ਪੂਰੀ ਆਮਦਨ ਨਹੀਂ ਲਿਆ ਸਕਦੇ, ਜਿਹਦੇ ਨਾਲ ਕਿਸਾਨ ਸੰਕਟ ਵਿੱਚ ਹੈ। ਤਦੇ ਕਾਂਗਰਸ ਦੀਆਂ ਜਿੰਨੀਆਂ ਵੀ ਸਰਕਾਰਾਂ, ਹੁਣ 2-3 ਸਰਕਾਰਾਂ ਨਵੀਆਂ ਬਣੀਆਂ ਨੇ, ਉਹਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਨੇ ਇਹ ਕਿਹਾ ਸੀ ਕਿ ਪਹਿਲਾ ਪਹਿਲਾ ਕੰਮ ਜਿਹੜਾ ਹੋਏਗਾ ਸਾਡਾ ਕਰਜ਼ ਮਾਫ ਕਰਨ ਦਾ ਹੋਏਗਾ। ਤੇ ਅੱਜ ਉਹਨੇ ਇੱਕ ਗੱਲ ਹੋਰ ਵੀ ਕੀਤੀ ਹੈ ਆਪਣੇ ਭਾਸ਼ਣ ਦੇ ਵਿੱਚ ਵੀ ਅਸੀਂ ਘੱਟੋ ਘੱਟ ਇਨਕਮ ਦੀ ਗੱਲ ਜਿਹੜੀ ਹੈ, ਘੱਟੋ ਘੱਟ ਇਨਕਮ ਦੀ ਜਿਹੜੀ ਗੱਲ ਹੈ ਉਸ ਨੂੰ ਇਨਸ਼ੋਰ ਕਰਾਂਗੇ। ਉਹਦੇ ਵਿੱਚ ਇਹ ਵੀ ਹੋਏਗਾ ਕਿ ਕਿਸਾਨਾਂ ਨੂੰ ਵੀ ਬਣਦਾ ਸਰਦਾ ਜਿਹੜਾ ਮੁਆਵਜ਼ਾ ਹੀ ਨਹੀਂ ਦਿੱਤਾ ਜਾਏਗਾ, ਉਹਨਾਂ ਨੂੰ ਰੋਟੀ ਖਾਣ ਜੋਗੇ ਜਾਂ ਘੱਟੋ ਘੱਟ ਉਹਨਾਂ ਦੀ ਸਿੱਖਿਆ ਸਹੂਲਤ ਲਈ ਜਿਹੜੇ ਖਰਚੇ ਨੇ ਉਹ ਦਿੱਤੇ ਜਾਣਗੇ। ਭਾਵੇਂ ਕਿ ਮੋਦੀ ਦੀ ਸਰਕਾਰ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ 2022 ਤੱਕ ਅੱਜ ਤੋਂ ਦੁੱਗਣੀ ਜਿਹੜੀ ਹੈ ਉਹ ਇਹਨਾਂ ਦੀ ਆਮਦਨ ਕਰ ਦਿਆਂਗੇ, ਇਹਨਾਂ ਨੂੰ ਇਸ ਗੱਲ ਦਾ ਫਾਇਦਾ ਹੋਏਗਾ। ਪਰ ਇਹ ਗੱਲਾਂ ਜਿਹੜੀਆਂ ਨੇ ਗੱਲਾਂ ਤੱਕ ਸੀਮਿਤ ਰਹਿ ਗਈਆਂ ਨੇ, ਇਹਨਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਇਆ ਨਹੀਂ ਜਾ ਸਕਿਆ। ਤੇ ਭਾਵੇਂ ਕੈਪਟਨ ਸਾਹਿਬ ਨੇ ਦੇਰ ਆਏ ਦੁਰਸਤ ਆਏ ਦੀ ਗੱਲ ਨੂੰ ਮੰਨਦਿਆਂ ਸਮਝੋ ਕੁਝ ਯਤਨ ਕੀਤਾ ਹੈ, ਕੁਝ ਇੱਕ ਕਰਜ਼ੇ ਜਿਹੜੇ ਨੇ ਕਿਸਾਨਾਂ ਦੇ ਮਾਫ਼ ਹੋਏ ਨੇ, ਉਹਦੇ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਹੈ ਮਿਲੀ ਹੈ। ਇੱਥੇ ਇੱਕ ਦਿਲਚਸਪੀ ਵਾਲੀ ਗੱਲ ਹੈ ਵੀ ਕਿਸਾਨਾਂ ਨੂੰ ਕਰਜ਼ੇ ਮਾਫ਼ ਕਰਨ ਲਈ ਬਹੁਤ ਵੱਡੇ 3-4 ਫੁੱਟ ਦੇ ਜਿਹੜੇ ਚੈੱਕ ਦਿੱਤੇ ਗਏ। ਉਹ ਕਿਸਾਨ ਜਦੋਂ ਵੱਡਾ ਸਾਰਾ ਸਮਾਗਮ ਹੋ ਰਿਹਾ, ਪਬਲਿਸਿਟੀ ਲੈਣ ਦੀ ਗੱਲ ਹੈ, ਵੱਡਾ ਸਾਰਾ ਸਮਾਗਮ ਹੋ ਰਿਹਾ ਤੇ ਉਹ ਕਿਸਾਨ ਆਪਣੇ ਮੋਢਿਆਂ ਦੇ ਉੱਤੇ ਚੱਕ ਕੇ ਉਹ ਸਰਟੀਫਿਕੇਟ ਲੈ ਕੇ ਜਾ ਰਹੇ ਨੇ। ਔਰ ਦਿਲਚਸਪ ਗੱਲ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਅਸਲ ਮਹਿਰਿਆਂ ਦੇ ਵਿੱਚ ਕੰਮ ਕਰਨ ਦੇ ਨਾਲ ਨਾਲ ਬਹੁਤ ਵੱਡੀ ਪ੍ਰਸਿੱਧੀ ਲੈਣ ਦਾ ਯਤਨ ਕਰਦੀਆਂ ਨੇ। ਅਸਲ ਵਿੱਚ ਉਲਟ ਗੱਲ ਚਾਹੀਦੀ ਹੈ, ਵੱਧ ਕੰਮ ਕਰਨੇ ਚਾਹੀਦੇ ਨੇ ਔਰ ਪ੍ਰਸਿੱਧੀ ਲੈਣ ਦੀ ਗੱਲ ਜਿਹੜੀ ਹੈ ਘੱਟ ਹੋਣੀ ਚਾਹੀਦੀ ਹੈ। ਸੋ ਇਸ ਮਾਮਲੇ ਦੇ ਉੱਤੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ ਜਾਂ ਕੋਈ ਹੋਰ ਸਰਕਾਰਾਂ ਨੇ, ਉਹ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੀਆਂ ਨੇ। ਪਰ ਅਸਲ ਮਹਿਨਿਆਂ ਦੇ ਵਿੱਚ ਸਵਾਲ ਜਿਹੜਾ ਹੈ ਕਿਸਾਨਾਂ ਦੀ ਰੋਟੀ ਦਾ ਹੈ, ਉਹਨਾਂ ਦਾ ਜਿਹੜਾ ਪੇਟ ਲਗਾਤਾਰ ਸੁੰਗੜਦਾ ਜਾ ਰਿਹਾ ਹੈ ਉਸ ਨੂੰ ਵਧਾਉਣ ਦਾ ਹੈ। ਭਲਾਈ ਸਾਹਿਬ, ਗੱਲ ਇੱਦਾਂ ਹੈ ਕਿ ਮੁੱਖ ਮੰਤਰੀ ਕੈਪਟਨ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਉਹਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਕਰਜ਼ ਮਾਫ਼ੀ ਦੀ ਮਦਦ ਮੰਗ ਕੀਤੀ ਸੀ, ਪਰ ਮੋਦੀ ਸਰਕਾਰ ਇਸ ਨੂੰ ਅਣਦੇਖਾ ਕਰ ਰਹੀ ਹੈ। ਕੀ ਕਾਰਨ ਹੋ ਸਕਦਾ ਇਸ ਦਾ ਕਿ ਮੋਦੀ ਸਰਕਾਰ ਕਾਂਗਰਸ ਦੀ ਮਦਦ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਉਹਨਾਂ ਦਾ ਵੀ ਕੋਈ ਫਰਜ਼ ਬਣਦਾ, ਸ਼ਾਇਦ ਉਹ ਇੱਥੇ ਵੀ ਪਾਰਟੀਬਾਜ਼ੀ ਕਰਨ ਦੀ ਨੀਤੀ ਕਰ ਰਹੇ ਨੇ? ਨਹੀਂ, ਇਸ ਮਾਮਲੇ ਦੇ ਉੱਤੇ ਦੇਖੋ ਇਕੱਲੇ ਪੰਜਾਬ ਦੀ ਸਰਕਾਰ ਨੇ ਹੀ ਕਰਜ਼ੇ ਮਾਫ਼ ਨਹੀਂ ਕੀਤੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਯੋਗੀ ਸਰਕਾਰ ਆਈ, ਯੂਪੀ ਦੇ ਵਿੱਚ ਵੀ ਕਰਜ਼ੇ ਮਾਫ਼ ਕੀਤੇ ਗਏ ਨੇ। ਅਸਲ ਮਹਿਨਿਆਂ ਦੇ ਵਿੱਚ ਤਾਂ ਹਿੰਦੁਸਤਾਨ ਦੇ ਉੱਤੇ ਇੱਕ ਵੱਡਾ ਘਰਾਣੇ ਵਾਲੇ ਲੋਕ ਜਿਹੜੇ ਨੇ ਉਹ ਕਾਬਜ ਹੋ ਕੇ ਬੈਠੇ ਨੇ ਤੇ ਉਹੀ ਇਸ ਕਿਸਮ ਦੀਆਂ ਨੀਤੀਆਂ ਕਰਦੇ ਨੇ। ਉਹਨਾਂ ਦਾ ਯਤਨ ਹੈ ਕਾਰਪੋਰੇਟ ਸੈਕਟਰ ਨੂੰ ਵੱਧ ਵੱਧ ਲਾਹਾ ਦੇਣਾ, ਫਾਇਦਾ ਪਹੁੰਚਾਉਣਾ,
ਔਰ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ, ਇਹ ਉਹਨਾਂ ਦਾ ਦੋਮਿਸ਼ਲਾ ਬਣ ਕੇ ਕੰਮ ਕਰਦੀ ਹੈ। ਜਿੰਨੀਆਂ ਵੀ ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਆਈਆਂ ਨੇ ਉਹਨਾਂ ਵੱਲੋਂ ਆਪਣੇ ਤੌਰ ਤੇ ਨੀਤੀ ਵਾਲੇ ਫੈਸਲੇ ਨਹੀਂ ਲੈ ਜਾ ਰਹੇ। ਕਾਰਨ ਇਹ ਸੀ ਕਿ ਭਾਜਪਾ ਨੇ ਕਿਸਾਨ ਪੱਖੀ ਨੀਤੀਆਂ ਬਣਾਉਣ ਦਾ ਕਾਰਜ ਜਿਹੜਾ ਹੈ ਉਹ ਨਹੀਂ ਆਰੰਭਿਆ, ਸਗੋਂ ਕੁਝ ਇੱਕ ਲੋਕਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪੂਰਾ ਕਰਨ ਲਈ ਹੀ ਉਹਨਾਂ ਨੇ ਯਤਨ ਕੀਤਾ ਹੈ। ਸੋ ਜਿਸ ਵੇਲੇ ਸਾਡੇ ਮਾਣਯੋਗ ਅਮਰਿੰਦਰ ਸਿੰਘ ਮੋਦੀ ਸਾਹਿਬ ਨੂੰ ਮਿਲੇ ਨੇ, ਉਹਨਾਂ ਦੇ ਸਾਹਮਣੇ ਜਾ ਕੇ ਫਰਿਆਦਾਂ ਵੀ ਕੀਤੀਆਂ ਨੇ ਕਿ ਪੰਜਾਬ ਦਾ ਕਿਸਾਨ ਮਰ ਰਿਹਾ ਹੈ, ਆਤਮ ਹੱਤਿਆ ਕਰ ਰਿਹਾ, ਮਹਾਰਾਸ਼ਟਰ ਤੋਂ ਬਾਅਦ ਬਿਹਾਰ ਤੋਂ ਬਾਅਦ ਤੀਸਰੇ ਨੰਬਰ ਤੇ ਖੁਦਕੁਸ਼ੀਆਂ ਦੇ ਵਿੱਚ ਪੰਜਾਬ ਦਾ ਥਾਂ ਬਣਦਾ ਜਾ ਰਿਹਾ, ਨਿੱਤ ਤਿੰਨ ਤਿੰਨ ਚਾਰ ਚਾਰ ਲੋਕ ਖੁਦਕੁਸ਼ੀ ਕਰਦੇ ਨੇ। ਪਰ ਮੋਦੀ ਦਾ ਸੀਨਾ ਇਸ ਗੱਲ ਤੇ ਪਸੀਜਿਆ ਨਹੀਂ। ਜਿਸ ਵੇਲੇ ਆਪਣੀ ਸਰਕਾਰ ਨੇ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਸਦੇ ਮੁੱਖ ਮੰਤਰੀ ਨੇ ਵੀ ਜਾ ਕੇ ਮੋਦੀ ਸਾਹਿਬ ਕੋਲ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਵੀ ਤੁਹਾਡੇ ਪੱਲੇ ਜੋ ਕੁਝ ਹੈ ਉਸਦੇ ਨਾਲ ਤੁਸੀਂ ਕਰਜ਼ਾ ਮਾਫ਼ ਕਰ ਸਕਦੇ ਹੋ। ਇਹ ਮਸਲਾ ਜਿਹੜਾ ਹੈ ਸੂਬਾ ਸਰਕਾਰਾਂ ਦਾ ਹੈ, ਕੇਂਦਰ ਸਰਕਾਰ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਇਹ ਗੱਲ ਇਸ ਢੰਗ ਨਾਲ ਕਹਿਣੀ ਨਹੀਂ ਸੀ ਬਣਦੀ, ਕਿਉਂਕਿ ਦੇਖਿਆ ਇਹ ਜਾਣਾ ਚਾਹੀਦਾ ਵੀ ਖੇਤੀ ਜਿਹੜੀ ਹੈ ਉਹਦੇ ਆਧਾਰਿਤ ਹੀ ਸਾਡਾ ਦੇਸ਼ ਜਿਹੜਾ ਹੈ ਚੱਲਦਾ ਹੈ ਔਰ ਸਾਡਾ ਅਰਥਚਾਰਾ ਜਿਹੜਾ ਹੈ ਉਹ ਖੇਤੀ ਦੇ ਉੱਤੇ ਟਿਕਿਆ ਹੋਇਆ। ਸੋ ਅਸਲ ਮਾਇਨਿਆਂ ਦੇ ਵਿੱਚ ਸਿਆਸਤ ਨਾਲੋਂ ਵੀ ਵੱਧ ਆਪਣੀ ਕਮਜ਼ੋਰੀ ਜਾਂ ਕਾਰਪੋਰੇਟ ਸੈਕਟਰ ਦੀ ਗੁਲਾਮੀ ਕਰਕੇ ਮੋਦੀ ਸਾਹਿਬ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਮੈਂ ਤੁਹਾਡੀ ਇਸ ਮਾਮਲੇ ਤੇ ਮਦਦ ਕਰ ਸਕਦਾ ਨਹੀਂ ਕਰ ਸਕਦਾ। ਹਾਲਾਂਕਿ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਮੋਦੀ ਜਾਂ ਭਾਜਪਾ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਨਾਲ ਵਿਤਕਰੇ ਕਰਨ ਦੀ ਗੱਲ ਜਿਹੜੀ ਹੈ ਸਾਡੇ ਸਾਹਮਣੇ ਆ ਰਹੀ ਹੈ। ਪਾਣੀਆਂ ਦਾ ਮਸਲਾ ਹੈ ਸਾਡੇ ਸਾਹਮਣੇ ਹੈ, ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਹੈ ਸਾਡੇ ਸਾਹਮਣੇ ਹੈ, ਸਾਡੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਹਰਿਆਣਾ ਵਿੱਚ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਉਣ ਦਾ ਮਸਲਾ ਹੈ। ਔਰ ਇਸ ਮਾਮਲੇ ਦੇ ਉੱਤੇ ਬਾਵਜੂਦ ਇਸ ਗੱਲ ਦੇ ਕਿ ਅਕਾਲੀ ਭਾਜਪਾ ਸਰਕਾਰ ਦਾ ਰਾਜ ਸੀ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ, ਤੇ ਉਹ ਇਹਨਾਂ ਸਾਰੀਆਂ ਗੱਲਾਂ ਦੇ ਮਾਮਲੇ ਦੇ ਵਿੱਚ ਮੋਦੀ ਸਰਕਾਰ ਦੇ ਕੋਲ ਆਪਣੀ ਫਰਿਆਦ ਲੈ ਕੇ ਜਾ ਸਕਦੇ ਸੀ ਜਾਂ ਗਏ ਵੀ ਹੋਣਗੇ, ਪਰ ਕਦੇ ਵੀ ਮੋਦੀ ਨੇ ਪੰਜਾਬ ਹਿਤੈਸ਼ੀ ਕੋਈ ਵੀ ਕੰਮ ਨਹੀਂ ਕੀਤਾ। ਉਲਟਾ ਉਹਨਾਂ ਨੇ ਆਮ ਤੌਰ ਤੇ ਇਹਨਾਂ ਨੂੰ ਪੁੱਠੇ ਸਿੱਧੇ ਸਵਾਲ ਜਵਾਬ ਕਰਕੇ ਵਾਪਸ ਭੇਜਿਆ ਹੈ। ਭਲਾਈ ਸਾਹਿਬ, ਅਵਤਾਰ ਸਿੰਘ ਹਿੱਤ ਹੈ ਜੋ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨਾਂ ਨਾਲ ਕਰਨ ਦੇ ਅਵਤਾਰ ਸਿੰਘ ਹਿੱਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਲਗਾਈ ਗਈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 18 ਸਾਲ ਬਾਅਦ ਪੰਥਕ ਮਰਿਆਦਾ ਕਾਇਮ ਕੀਤੀ, ਇਸ ਬਾਰੇ ਕੀ ਕਹੋਗੇ? ਦੇਖੋ, ਅਵਤਾਰ ਸਿੰਘ ਹਿੱਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੇ ਵਿੱਚੋਂ ਹੈ। ਜਿਸ ਵੇਲੇ ਪਿਛਲੇ ਦਿਨੀ ਨਿਤੀਸ਼ ਕੁਮਾਰ ਮੁੱਖ ਮੰਤਰੀ ਜੋ ਨੇ ਬਿਹਾਰ ਦੇ, ਉਹ ਉੱਥੇ ਪਹੁੰਚੇ, ਕੋਈ ਸਮਾਗਮ ਸੀ, ਉਹ ਸਮਾਗਮ ਦੇ ਵਿੱਚ ਜੋ ਅਰਦਾਸ ਦੇ ਵਿੱਚ ਬੋਲੇ ਜਾਣ ਵਾਲੇ ਸ਼ਬਦ ਨੇ ਉਹ ਸ਼ਬਦ ਜਿਹੜੇ ਨੇ ਨਿਤੀਸ਼ ਕੁਮਾਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਬੋਲੇ ਨੇ। ਇਸ ਜਿਸ ਵੇਲੇ ਉਹਨਾਂ ਨੇ ਇਹ ਸ਼ਬਦ ਉਚਾਰੇ ਉਸ ਵੇਲੇ ਹੀ ਸਿੱਖ ਜਗਤ ਦੇ ਵਿੱਚ ਉਹਨਾਂ ਸ਼ਬਦਾਂ ਦੀ ਆਲੋਚਨਾ ਸ਼ੁਰੂ ਹੋਣੀ ਸ਼ੁਰੂ ਹੋ ਗਈ, ਕਿਉਂਕਿ ਪਰਵਤਗਾਰ ਸਾਡੇ ਮਹਾਰਾਜ ਜਾਂ ਸਾਡੇ ਜਿਹੜੇ ਸਵਾਮੀ ਨੇ ਇਸ ਕਿਸਮ ਦੇ ਸ਼ਬਦ ਜਿਹੜੇ ਨੇ ਆਮ ਤੌਰ ਤੇ ਅਸੀਂ ਆਪਣੇ ਗੁਰੂ ਸਾਹਿਬ ਦੀ ਖਾਤਰੀ ਵਰਤਦੇ ਹਾਂ ਔਰ ਕਿਸੇ ਕੋਈ ਵੀ ਹੋਰ ਉਹਨਾਂ ਦੇ ਬਰਾਬਰ ਉਹਨਾਂ ਦੇ ਤੁਲ ਹੋਣ ਵਾਲਾ ਨਹੀਂ ਹੈ। ਤੁਸੀਂ ਦੇਖਿਆ ਕਿ ਰਾਮ ਰਹੀਮ ਸਿੰਘ ਨੇ ਜਿਸ ਵੇਲੇ ਇਸ ਕਿਸਮ ਦੀ ਮਰਿਆਦਾ ਭੰਗ ਕਰਨ ਦਾ ਯਤਨ ਕੀਤਾ, ਪੰਜ ਪਿਆਰਿਆਂ ਦਾ ਸਾਜਨਾ ਕਰਨ ਦੀ ਗੱਲ ਉਹਨਾਂ ਨੇ, ਅੰਮ੍ਰਿਤ ਛਕਾਉਣ ਦੀ ਗੱਲ ਆਪਣੇ ਢੰਗ ਦੇ ਨਾਲ ਕੀਤੀ, ਤੇ ਉਸ ਦਾ ਖਮਿਆਜ਼ਾ ਉਸਨੂੰ ਕਿੰਨਾ ਭੁਗਤਣਾ ਪਿਆ। ਅਵਤਾਰ ਸਿੰਘ ਹਿੱਤ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਬੜੇ ਉੱਘੇ ਲੀਡਰ ਨੇ, ਬੜੇ ਸੂਝਵਾਨ ਲੀਡਰ ਨੇ, ਪਰ ਕਦੇ ਕਦੇ ਕੁਝ ਲੋਕ ਜਜ਼ਬਾਤੀ ਹੋ ਕੇ ਸਿਆਸੀ ਤੌਰ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਖਾਤਰ ਇਹੋ ਜਿਹੇ ਸ਼ਬਦ ਬੋਲ ਜਾਂਦੇ ਨੇ ਜਿਹੜੇ ਕਿ ਗੁਰੂ ਮਰਿਆਦਾ ਦੇ ਉਲਟ ਹੁੰਦੇ ਨੇ। ਸੋ ਉਹਨਾਂ ਨੂੰ ਤਨਖਾਹ ਲਾਉਣ ਲਈ ਉਹਨਾਂ ਨੇ ਜਿਸ ਵੇਲੇ ਚਰਚਾ ਜ਼ਿਆਦਾ ਹੋਣੀ ਸ਼ੁਰੂ ਹੋਈ ਉਹਨਾਂ ਨੇ ਅਕਾਲ ਤਖ਼ਤ ਦੇ ਅੱਗੇ ਆ ਕੇ ਸਿਰ ਚੁਕਾਇਆ, ਆਪਣੀ ਗਲਤੀ ਜਿਹੜੀ ਹੈ ਮੰਨੀ
उस गलती की सजा जिहड़ी है पंज सिंह साहिबाना ने इकट्ठिया होकर नीयत की। पर एक गल जिहड़ी अच्छी हुई वो ये सी कि इस जिहड़ी सजा दिती गई है वो अकाल तख्त के उत्ते जा के दिती गई। आम तौर पर जथेदार जिहड़े अकाल तख्त का जथेदार है अपने दफ्तर के मीटिंग लाते हैं, पंज प्यारियां नूं सद लैंदे ने और उत्थे अंदरे उन्हां नूं सद्या जांदा, अंदरे तनखाहां लातियां जांदियां ने। जी जी बिल्कुल। पर इस बारी संगत दे सामने अकाल तख्त दे उत्ते जाके साडे मानजोग जथेदार साहब ने 18 साल बाद इस पिरत नूं मुड़ के चालू कीता है। संगत दे विच उन्हां नूं बिठाया गया जां खड़े कीता गया, उन्हां नूं पुछया गया कि तुसीं किस गल लई इत्थे आए हो। उसने कहा कि मेरे तो आह शब्द गलत बोले गए ने, मैं इस गल की खिमा जाचना करनी चाहना। सो उस गल की खिमा जाचना दी प्रवानगी दिंदिया उन्होंने पटना साहब जाके 7 दिन लई 5 दिन लई हरिमंदर साहब दे विच सेवा करन दा उन्होंने सजा लाई है। ते नाल नाल ये फैसला किया कि तुसी भाई उन्ने दिन सिख धर्म दे किसी भी समागम दे विच जाके शामिल नहीं हो सकते। भाव ये कि यह मर्यादा जिहड़ी कायम रखी जानी चाहीदी सी उस नूं रखण दा यतन किया गया। इत्थे मैं तुहानूं एक गल याद करवाउणा चाहुंदा कि पिछले दिनी साहब प्रकाश सिंह बादल परिवार ने अपने आप ही जाके आपे सजा ला के जुतियां जूड़े झाड़ने शुरू कर दिते। उन्होंने अकाल तख्त के सामने जाके किसी गलती नूं मन्नण दा ऐलान नहीं किया, संगत के सामने किसी गलती नूं मन्नण दा ऐलान नहीं किया। जिहदे मामले दे उत्ते तुसीं देखदे हो कि किड्डा वड्डा कांड जिहड़ा है वह वापरिया, किड्डियां वड्डियां घटनावां जिहड़ियां होईयां ने, दो सिंह शहीद हुए ने, ਹਾਂਜੀ ਬੇਅਦਬੀ ਦੇ ਮਾਮਲੇ ਦੇ ਉੱਤੇ ਐਡਾ ਕਹਿਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਵਾਪਰਿਆ। ਔਰ ਇਹ ਗੱਲ ਮਨੋਂ ਉਹਨਾਂ ਨੇ ਪ੍ਰਵਾਨ ਕਰਨ ਲਈ ਹੋਏਗੀ ਔਰ ਸੰਗਤ ਨੇ ਉਹਨਾਂ ਨੂੰ ਪ੍ਰਵਾਨ ਕਰਨ ਲਈ ਮਜਬੂਰ ਕਰ ਦਿੱਤਾ ਹੋਏਗਾ ਕਿ ਅਸਲ ਮਹਿਨਿਆਂ ਦੇ ਵਿੱਚ ਦੋਸ਼ ਉਹਨਾਂ ਦਾ ਹੈ, ਉਹਨਾਂ ਦੀ ਢਿੱਲਮੁੱਠ ਦੀ ਨੀਤੀ ਦਾ ਹੈ, ਉਹਨਾਂ ਦੀ ਸਰਕਾਰ ਦੀ ਨਲਾਇਕੀ ਦਾ ਦੋਸ਼ ਸੀ ਕਿ ਇਹੋ ਜਿਹੀ ਵੱਡੀ ਘਟਨਾ ਵਾਪਰੀ। ਸੋ ਉਹਨਾਂ ਨੇ ਆਪੇ ਉਸ ਦੀ ਸਜ਼ਾ ਭੁਗਤਣ ਦਾ ਉੱਥੇ ਜਾ ਕੇ ਐਲਾਨ ਕਰ ਦਿੱਤਾ, ਆਪੇ ਹੀ ਸਜ਼ਾ ਭੁਗਤ ਕੇ ਭਾਂਡੇ ਮਾਂਜ ਕੇ ਜੁੱਤੀਆਂ ਝਾੜ ਕੇ ਤੇ ਵਾਪਸ ਆ ਗਏ। ਇਹ ਮਰਿਆਦਾ ਨਹੀਂ ਹੈ, ਮਰਿਆਦਾ ਇਹ ਹੈ ਜਿਹੜੀ ਅਵਤਾਰ ਸਿੰਘ ਹਿੱਤ ਨੇ ਆਪਣੇ ਢੰਗ ਦੇ ਨਾਲ ਆਪਣੀ ਗਲਤੀ ਜਿਹੜੀ ਹੈ ਮੰਨੀ ਹੈ ਔਰ ਉਸ ਗਲਤੀ ਦੀ ਸਜ਼ਾ ਵੀ ਪ੍ਰਾਪਤ ਕੀਤੀ ਹੈ। ਔਰ ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਮਰਿਆਦਾ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਲਾਈ ਹੈ ਜਿਹੜੀ ਅਕਾਲ ਤਖ਼ਤ ਦੇ ਵਿੱਚ ਅਕਾਲ ਤਖ਼ਤ ਦੇ ਉੱਤੇ ਕੋਈ ਗਰੀਬ ਸਿੱਖ ਵੀ ਜਾਂ ਗਰੀਬ ਵਿਅਕਤੀ ਵੀ ਜਾ ਕੇ ਸਜ਼ਾ ਦਾ ਭਾਗੀਦਾਰ ਹੋ ਸਕਦਾ ਔਰ ਮਹਾਰਾਜਾ ਰਣਜੀਤ ਸਿੰਘ ਵਰਗਾ ਸਖ਼ਤ ਸ਼ਕਤੀਸ਼ਾਲੀ ਰਾਜਾ ਵੀ ਜਿਹੜਾ ਹੈ ਉਹ ਵੀ ਅਕਾਲ ਤਖ਼ਤ ਦੇ ਸਾਹਮਣੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਸਜ਼ਾ ਭੁਗ ਸਕਦਾ ਹੈ। ਤੁਹਾਨੂੰ ਯਾਦ ਹੋਏਗਾ ਸਿੱਖ ਇਤਿਹਾਸ ਦਾ ਉਹ ਪੰਨਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਜਿਹੜੀ ਹੈ ਦਿੱਤੀ ਗਈ ਸੀ ਔਰ ਉਸ ਵੇਲੇ ਦੇ ਜਥੇਦਾਰ ਫੂਲਾ ਸਿੰਘ ਉਹਨਾਂ ਨੇ ਆਪ ਉਹਨਾਂ ਦੀ ਸਜ਼ਾ ਕੋੜੇ ਮਾਰ ਕੇ ਨਿਭਾਈ ਸੀ। ਹਾਂਜੀ ਹਾਂਜੀ ਬਿਲਕੁਲ। ਸੋ ਬਹਿਬਲ ਕਲਾ ਗੋਲੀਕਾਂਡ ਮਾਮਲੇ 'ਤੇ ਗ੍ਰਿਫਤਾਰ ਕੀਤੇ ਗਏ ਸਾਬਕਾ SSP ਚਰਨਜੀਤ ਨੂੰ SIT ਨੇ 6 ਘੰਟੇ ਪੁੱਛਗਛ ਕੀਤੀ ਅਤੇ ਕੁਝ ਪੁਲਿਸ ਅਫਸਰ ਜੋ ਕਿ ਅਦਾਲਤ 'ਚ ਅਗਾਊ ਜ਼ਮਾਨਤ ਲਈ ਚਲੇ ਗਏ। ਕੀ ਕਾਰਵਾਈ 'ਚ ਤੇਜ਼ੀ ਹੋਰ ਆਉਣ ਦੀ ਸੰਭਾਵਨਾ ਹੈ? ਬਿਲਕੁਲ, ਕਾਰਵਾਈ ਦੇ ਵਿੱਚ ਤੇਜ਼ੀ ਹੋਣ ਦੀ ਸੰਭਾਵਨਾ ਹੈ। ਦੋ ਪੱਖਾਂ ਦੇ ਉੱਤੇ ਇਸ ਗੱਲ 'ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਸਿੱਖ ਜਿਹੜੀ ਹੈ ਉਸਨੇ ਅਗਾਊ ਇਸ ਗੱਲ ਲਈ ਕਿ ਕਿਸੇ ਕਿਸਮ ਦੀ ਕੋਈ ਨਿਆਇਕ ਵਾਅਦਾ ਨਾ ਪਵੇ ਹਾਈ ਕੋਰਟ ਦੇ ਵਿੱਚ ਜਾ ਕੇ ਇੱਕ ਅਰਜ਼ੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਹਾਈ ਕੋਰਟ ਵਿੱਚ ਆ ਕੇ ਨਵੀਂ ਕੋਈ ਅਰਜ਼ੀ ਦਿੰਦਾ ਹੈ ਤੇ ਸਾਨੂੰ ਕੋਈ ਸਟੇਅ ਦੇਣ ਦੀ ਬਜਾਏ ਸਾਨੂੰ ਉਹ ਸੁਣਨ ਦਾ ਮੌਕਾ ਦਿੱਤਾ ਜਾਏ, ਮਤਲਬ ਸਾਡੀ ਗੱਲ ਪਹਿਲਾਂ ਸੁਣੀ ਜਾਏ। ਕਿਉਂਕਿ ਇਸ ਘਟਨਾ ਦੇ ਮਾਮਲੇ ਦੇ ਵਿੱਚ ਅਸੀਂ ਜਾਂਚ ਜਿਹੜੀ ਹੈ ਕਰ ਰਹੇ ਹਾਂ ਔਰ ਜਾਂਚ ਜਿਹੜੀ ਹੈ ਅੱਗੇ ਵੱਧ ਰਹੀ ਹੈ। ਇੱਥੇ ਇੱਕ ਗੱਲ ਵਰਨਣ ਯੋਗ ਹੈ ਕਿ ਕੁਝ ਇੱਕ ਜਿਹੜੇ ਨਾਲ ਜੁੜੇ ਹੋਏ SP ਸਾਹਿਬ ਦੇ ਵਿਅਕਤੀ ਸਨ, SP ਜਾਂ ਇੰਸਪੈਕਟਰ ਸਨ, ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਭਾਵ ਉਹਨਾਂ ਨੂੰ ਡਰ ਹੈ ਇਸ ਗੱਲ ਦਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਪਰ ਨਾਲ ਦੀ ਨਾਲ ਸਿੱਟ ਨੇ ਉਹਨਾਂ ਨੂੰ ਆਪਣੇ ਆਪਣਾ ਪੱਖ ਪੇਸ਼ ਕਰਨ ਲਈ ਅੱਜ ਦੀ ਤਰੀਕ ਵੀ ਦਿੱਤੀ ਹੋਈ ਹੈ। ਸੋ ਇਹ ਸਾਰੇ ਕੁਝ ਦੇ ਸੰਦਰਭ ਦੇ ਵਿੱਚ ਇਵੇਂ ਜਾਣ ਜਾਪਦਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੁਝ ਨਾ ਕੁਝ ਵੱਡਾ ਵਾਪਰੇਗਾ। ਸੰਭਾਵਨਾ ਇਸ ਗੱਲ ਦੀ ਹੈ, ਚਰਨਜੀਤ ਸ਼ਰਮਾ ਦੇ ਰਾਹੀਂ ਜਿਹੜੇ ਉਸ ਵੇਲੇ DGP ਸੈਣੀ ਸਨ
ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾਂ ਉਹਨਾਂ ਤੇ ਸ਼ਿਕੰਜਾ ਕੱਸਣ ਲਈ ਯਤਨ ਹੋਏਗਾ, ਕਿਉਂਕਿ ਕੱਲ ਦਾ ਜੋ 6 ਘੰਟੇ ਲਗਾਤਾਰ ਇਨਕੁਆਇਰੀ ਹੋਈ ਹੈ, ਪੁੱਛਗਿੱਛ ਹੋਈ ਹੈ ਸ਼ਰਮਾ ਤੋਂ, ਉਸ ਤੋਂ ਇੱਕੋ ਗੱਲ ਬਾਰ ਬਾਰ 100 ਕੁਐਸਚਨ ਉਹਨਾਂ ਤੋਂ ਪੁੱਛਿਆ ਗਿਆ, ਬਾਰ ਬਾਰ ਉਹਨਾਂ ਵਿੱਚੋਂ ਬਹੁਤੇ ਸਵਾਲ ਇਹੋ ਜਿਹੇ ਸੀ ਕਿ ਤੁਹਾਨੂੰ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ, ਕੀ ਤੁਸੀਂ ਗੋਲੀ ਚਲਾਉਣ ਦਾ ਆਪ ਹੁਕਮ ਦਿੱਤਾ ਜਾਂ ਤੁਹਾਨੂੰ ਕਿਸੇ ਹੋਰ ਵਿਅਕਤੀ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਕੀ ਉਹ ਕੋਈ ਸਿਆਸੀ ਨੇਤਾ ਸੀ ਜਾਂ ਕੋਈ ਪੁਲਿਸ ਅਧਿਕਾਰੀ ਸੀ। ਇਹ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਵੇਲੇ ਉਹ ਸਿੱਟ ਦੇ ਸਾਹਮਣੇ ਪੇਸ਼ ਹੋਏ, ਉਹਨਾਂ ਨੇ ਤਾਂ ਆਪਣਾ ਪੱਲਾ ਝਾੜ ਲਿਆ ਕਿ ਮੇਰਾ ਇਸ ਗੱਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਹਾਲਾਂਕਿ ਸੈਣੀ ਦੇ ਨਾਲ ਰਾਤ ਨੂੰ 12 ਵਜੇ ਗੱਲ ਟੈਲੀਫੋਨਿਕ ਗੱਲ ਕਰਨ ਦੀ ਗੱਲ ਜਿਹੜੀ ਹੈ ਉਹ ਥੋੜੀ ਸਾਹਮਣੇ ਆ ਰਹੀ ਹੈ। ਉਸ ਤੋਂ ਅਗਲੀ ਗੱਲ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਸਨ, ਉਹਨਾਂ ਨੇ ਤਾਂ ਸਾਫ਼ ਹੀ ਪੱਲਾ ਝਾੜ ਦਿੱਤਾ ਕਿ ਭਾਈ ਮੈਂ ਤਾਂ ਇੱਥੇ ਹੈ ਨਹੀਂ ਸੀ, ਮੈਂ ਤਾਂ ਬਾਹਰ ਗਿਆ ਹੋਇਆ ਸੀ, ਮੇਰਾ ਇਸ ਗੱਲ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸੋ ਪਰ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਸਿਆਸਤ ਤੋਂ ਪ੍ਰੇਰਿਤ ਨਾ ਹੋ ਕੇ ਅਸਲ ਮਹਿਨਿਆਂ ਦੇ ਵਿੱਚ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਸਜ਼ਾ ਦਿਵਾਉਣ ਦਾ ਮਾਮਲਾ ਹੈ। ਤੋ ਸਿੱਟ ਵੱਲੋਂ ਯਤਨ ਹੋ ਰਿਹਾ ਕਿ ਸਬੂਤ ਪੇਸ਼ ਕਰਕੇ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਆਂਦਾ ਜਾਏ, ਘੱਟੋ ਘੱਟ ਜਿਹੜੀਆਂ 2019 ਦੀਆਂ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਇਸ ਸੰਬੰਧ ਦੇ ਵਿੱਚ ਕਾਰਵਾਈ ਕੀਤੀ ਜਾਏ। ਔਰ ਇਸ ਮਾਮਲੇ ਤੇ ਕੱਲ ਜਿਸ ਵੇਲੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵੇਲੇ ਅਮਰਿੰਦਰ ਸਿੰਘ ਬੋਲ ਵੀ ਰਹੇ ਸਨ ਤੇ ਉਹਨਾਂ ਨੇ ਇਸ ਘਟਨਾ ਦਾ ਵਾਰ ਵਾਰ ਜ਼ਿਕਰ ਕੀਤਾ ਔਰ ਕਿਹਾ ਕਿ ਸਾਡਾ ਅਸੀਂ ਕੋਈ ਉਸ ਮਾਮਲੇ ਤੇ ਦਖਲ ਨਹੀਂ ਦੇ ਰਹੇ, ਉਹ ਜਿਹੜੀ ਕਮੇਟੀ ਬਣਾਈ ਗਈ ਹੈ, ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣਾਈ ਗਈ ਹੈ, ਉਹ ਆਪਣੇ ਤੌਰ ਤੇ ਯਤਨ ਕਰ ਰਹੀ ਹੈ ਦੋਸ਼ੀਆਂ ਨੂੰ ਲੱਭਣ ਲਈ ਔਰ ਦੋਸ਼ੀਆਂ ਨੂੰ ਸਜ਼ਾ ਦੇਣ ਲਈ। ਸਾਡੇ ਕੋਲ ਅਦਾਲਤਾਂ ਮੌਜੂਦ ਨੇ ਔਰ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ ਪੇਸ਼ ਕੀਤਾ ਜਾਏਗਾ। ਸੰਭਾਵਨਾ ਇਸ ਗੱਲ ਦੀ ਵੀ ਬਣਦੀ ਜਾਂਦੀ ਹੈ, ਜਿਵੇਂ ਕਿ ਅਖਬਾਰਾਂ ਦੇ ਵਿੱਚ ਗੱਲ ਆਉਂਦੀ ਹੈ ਕਿ ਬਾਬਾ ਰਾਮ ਰਹੀਮ ਸਿੰਘ ਤੋਂ ਵੀ ਇਸ ਮਾਮਲੇ ਤੇ ਪੁੱਛਗਿੱਛ ਕੀਤੀ ਜਾਏ, ਇਹ ਵੀ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਪੁਰਾਣੇ ਜਥੇਦਾਰ ਜਿਹੜੇ ਨੇ ਗਿਆਨੀ ਗੁਰਵਚਨ ਸਿੰਘ ਜੀ, ਉਹਨਾਂ ਨੂੰ ਵੀ ਇਸ ਮਾਮਲੇ ਤੇ ਪੁੱਛਗਿੱਛ ਕੀਤੀ ਜਾਏ, ਕਿਉਂਕਿ ਉਹਨਾਂ ਨੇ ਹੀ ਰਾਮ ਰਹੀਮ ਸਿੰਘ ਨੂੰ ਮਾਫ਼ੀ ਦੇਣ ਦਾ ਐਲਾਨ ਕੀਤਾ ਸੀ, ਉਹਨਾਂ ਦੇ ਵੇਲੇ ਇਹ ਘਟਨਾ ਕਰਨ ਜਿਹੜਾ ਹੈ ਉਹ ਵਾਪਰਿਆ ਸੀ। ਸੋ ਇਹ ਸਾਰੀਆਂ ਗੱਲਾਂ ਮਤਲਬ ਇਹ ਗੱਲ ਦਰਸਾਉਂਦੀਆਂ ਨੇ ਕਿ ਚਰਨਜੀਤ ਸ਼ਰਮਾ ਦੇ ਰਾਹੀਂ ਉੱਚ ਪੁਲਿਸ ਅਫਸਰਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੰਡ ਦਾ ਜਾਂ ਸ਼ਿਕੰਜੇ ਵਿੱਚ ਲਿਆਉਣ ਦਾ ਯਤਨ ਹੋਏਗਾ। ਔਰ ਸੰਭਾਵਨਾ ਇਸ ਗੱਲ ਦੀ ਵੀ ਹੋ ਸਕਦੀ ਆ ਕਿ ਕੋਈ ਅਕਾਲੀ ਜਥੇਦਾਰ, ਕੋਈ ਅਕਾਲੀ ਨੇਤਾ ਜਿਹੜੇ ਨੇ ਉਹ ਵੀ ਇਸ ਸ਼ਿਕੰਜੇ ਦੇ ਵਿੱਚ ਆ ਜਾਣ। ਲਾਈ ਸਾਹਿਬ, ਗੱਲ ਕਰੀਏ ਕੈਪਟਨ ਸਰਕਾਰ ਦੇ ਵਿਕਾਸ ਦੀ। ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿੱਚ BRTS ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ, ਜਿਹਦੇ ਵਿੱਚ 3 ਮਹੀਨੇ ਤੱਕ AC ਬੱਸਾਂ, 93 AC ਬੱਸਾਂ ਜੋ ਕਿ ਪੂਰੇ ਅੰਮ੍ਰਿਤਸਰ ਵਿੱਚ ਮੈਟਰੋ ਸੇਵਾ ਸ਼ੁਰੂ ਕੀਤੀ ਗਈ ਹੈ। ਕੀ ਲੱਗਦਾ ਹੈ ਕਿ ਅੰਮ੍ਰਿਤਸਰ ਵਾਸੀਆਂ ਲਈ ਇਹ ਲਾਹੇਵੰਦ ਹੋਵੇਗਾ? ਦੇਖੋ, ਲਾਹੇਵੰਦ ਤਾਂ ਬਿਲਕੁਲ ਹੋਏਗਾ, ਕਿਉਂਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਉਸ ਗੁਰੂ ਦੀ ਨਗਰੀ ਵਿੱਚ ਲੱਖਾਂ ਲੋਕ ਜਿਹੜੇ ਨੇ ਹਰ ਰੋਜ਼ ਪਹੁੰਚਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ, ਹਰਿਮੰਦਰ ਸਾਹਿਬ ਪਹੁੰਚਦੇ ਨੇ, ਇਸ਼ਨਾਨ ਕਰਦੇ ਨੇ। ਉਹ ਲਗਭਗ 22-24 ਘੰਟੇ ਉੱਥੇ ਯਾਤਰਾ ਜਿਹੜੀ ਹੈ ਕਿਸੇ ਨਾ ਕਿਸੇ ਢੰਗ ਨਾਲ ਬਾਜ਼ਾਰਾਂ ਦੇ ਰਾਹੀਂ ਹੁੰਦੀ ਰਹਿੰਦੀ ਹੈ। ਭਾਵੇਂ ਕਿ ਬਹੁਤ ਸਾਰੀਆਂ ਸੁੱਖ ਸਹੂਲਤਾਂ ਉੱਥੇ ਹੈ ਨੇ, ਆਵਾਜਾਈ ਦੇ ਸਾਧਨ ਨੇ, ਪਰ ਪਿਛਲੇ ਸਮੇਂ ਤੋਂ ਯਤਨ ਹੋ ਰਿਹਾ ਸੀ ਕਿ ਇਸ ਪ੍ਰੋਜੈਕਟ ਨੂੰ ਚਾਲੂ ਕੀਤਾ ਜਾਏ। 2014 ਦੇ ਵਿੱਚ ਸੁਖਬੀਰ ਬਾਦਲ ਨੇ ਇਸ ਪ੍ਰੋਜੈਕਟ ਦਾ ਆਰੰਭ ਕੀਤਾ ਸੀ, ਪਰ ਇਹ ਗੱਲ ਵਿਚੇ ਵਿਚਾਲੇ ਰਹਿ ਗਈ, 14 ਬੱਸਾਂ ਹੀ ਚਾਲੂ ਕੀਤੀਆਂ ਜਾ ਸਕੀਆਂ। ਜੀ ਬਿਲਕੁਲ, 125 ਕਰੋੜ ਦਾ ਇਹ ਪ੍ਰੋਜੈਕਟ ਸੀ। ਜੀ, ਸਰਕਾਰ ਜਿਹੜੀ ਕਿ ਹੁਣ ਇਹ ਲਗਾਤਾਰ ਇਹ ਕਹਿੰਦੀ ਹੈ ਵੀ ਅਸੀਂ ਤਾਂ ਕਰਜ਼ਾਈ ਸਰਕਾਰ ਹਾਂ, ਪਰ ਇਸ ਦੇ ਜਿਹੜੇ ਮੰਤਰੀ ਨੇ ਨਵਜੋਤ ਸਿੱਧੂ, ਉਹਨਾਂ ਨੇ ਯਤਨ ਕਰ ਕਰਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਇਸ ਪ੍ਰੋਜੈਕਟ ਨੂੰ ਨੇਪਰੇ ਲਾਉਣ ਦਾ ਯਤਨ ਕੀਤਾ ਹੈ। ਨੇਪਰੇ ਇਸ ਢੰਗ ਨਾਲ ਲਾਇਆ ਹੈ ਕਿ 93-94 ਬੱਸਾਂ ਜਿਹੜੀਆਂ ਨੇ ਅੱਜ ਚਾਲੂ ਕਰਤੀਆਂ ਗਈਆਂ ਨੇ। 3 ਮਹੀਨੇ ਉਹਨਾਂ ਦੇ ਉੱਤੇ ਮੁਫ਼ਤ ਸਫ਼ਰ ਹੋਏਗਾ, ਉਸ ਤੋਂ ਬਾਅਦ 50 ਰੁਪਏ ਜਾਂ 100 ਰੁਪਇਆ ਜਿੰਨੀ ਵੀ ਟਿਕਟ ਰੱਖੀ ਗਈ ਹੈ ਉਸ ਟਿਕਟ ਦੇ ਰਾਹੀਂ ਕੋਈ ਵੀ ਕਿਤੇ ਵੀ ਸਫ਼ਰ ਕਰ ਸਕੇਗਾ ਪੂਰੇ ਅੰਮ੍ਰਿਤਸਰ ਦੇ ਵਿੱਚ। ਇਹਦੇ ਵਿੱਚ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਨੇ, AC ਹੈ ਵਿੱਚ, ਨੈੱਟ ਦੀ ਨੈੱਟ ਜਿਹੜਾ ਹੈ ਲਗਾਇਆ ਗਿਆ ਹੈ, ਹੋਰ ਸਾਰੀਆਂ ਸੁਵਿਧਾਵਾਂ ਜਿਹੜੀਆਂ ਬਿਲਕੁਲ ਉਸ ਢੰਗ ਦੇ ਨਾਲ ਦਿੱਤੀਆਂ ਗਈਆਂ ਨੇ ਜਿਵੇਂ ਮਾਡਰਨ ਬੱਸਾਂ ਹੋਣ। ਇਹ ਗੱਲ ਦੇ ਵਿੱਚ ਚੰਗੀ ਗੱਲ ਇਹ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ, ਜਿਹਨਾਂ ਨੇ ਸਕੂਲਾਂ ਦੇ ਵਿਦਿਆਰਥੀ ਨੇ
ਉਹਨਾਂ ਨੂੰ ਮੁਫ਼ਤ ਇਹਦੇ ਵਿੱਚ ਰਾਈਡ ਮਿਲੇਗੀ ਔਰ ਕਾਲਜਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਕੁਝ ਪੈਸੇ ਜਿਹੜੇ ਨੇ ਉਹ ਤਿਮਾਹੀ ਦੇ ਹਿਸਾਬ ਦੇ ਨਾਲ ਦੇਣੇ ਪਿਆ ਕਰਨਗੇ। ਸੋ ਮੈਂ ਸਮਝਦਾ ਕਿ ਵਿਕਾਸ ਦੇ ਵਿੱਚ ਇੱਕ ਨਵੀਂ ਪਲਾਂਘ ਪੁੱਟਣ ਦਾ ਯਤਨ ਜਿਹੜਾ ਹੈ ਉਹ ਅਮਰਿੰਦਰ ਸਿੰਘ ਸਰਕਾਰ ਨੇ ਕੀਤਾ ਹੈ। ਦੇਖੋ ਅੱਜ ਬਹੁਤ ਸਾਰੀਆਂ ਹੋਰ ਘਟਨਾਵਾਂ ਨੇ, ਬਹੁਤ ਸਾਰੀਆਂ ਹੋਰ ਖਬਰਾਂ ਨੇ ਜਿਹਨਾਂ ਬਾਰੇ ਚਰਚਾ ਕਰਨੀ ਤੇ ਭਾਵੇਂ ਬਣਦੀ ਆ। ਅੱਜ ਵਿੱਤ ਕਮਿਸ਼ਨ ਜਿਹੜਾ ਹੈ ਪੰਜਾਬ ਵਿੱਚ ਪਹੁੰਚ ਰਿਹਾ, ਪੰਜਾਬ ਦੀ ਸਰਕਾਰ ਉਹਨਾਂ ਦੀ ਆਓ ਭਗਤ ਲਈ ਤਰਲੋ ਮੱਛੀ ਹੋ ਰਹੀ ਆ ਔਰ ਯਤਨ ਕਰੇਗੀ ਕਿ ਸਾਨੂੰ ਵੱਧ ਤੋਂ ਵੱਧ ਪੈਸੇ ਜਿਹੜੇ ਨੇ ਉਹ ਮਿਲਣ। ਇਹ ਗੱਲ ਜਿਹੜੀ ਸਭ ਤੋਂ ਦਿਖਾਂਤ ਵਾਲੀ ਹੈ ਕਿ ਹਾਲੇ ਤਾਈਂ ਵੀ ਅੱਤਵਾਦ ਦੇ ਸਮੇਂ ਦਾ ਕਰਜ਼ਾ ਜਿਹੜਾ ਹੈ ਪੰਜਾਬ ਦੀ ਸਰਕਾਰ ਦੇ ਸਿਰ ਉੱਤੇ ਰੱਖਿਆ ਹੋਇਆ, ਉਸ ਨੂੰ ਮੁਆਫ਼ ਕੁੱਝ ਹੱਦ ਤੱਕ ਮੁਆਫ਼ ਕੀਤਾ ਗਿਆ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਮੋਦੀ ਸਾਹਿਬ ਤੋਂ ਪਹਿਲਾਂ ਹੋਏ ਨੇ ਉਹਨਾਂ ਵੱਲੋਂ, ਪਰ ਹਾਲੇ ਤੱਕ ਵੀ ਉਹ ਸਾਰਾ ਕਰਜ਼ਾ ਜਿਹੜਾ ਹੈ ਜਾਂ ਉਸ ਕਰਜ਼ੇ ਦਾ ਜਿਹੜਾ ਵਿਆਜ ਹੈ ਉਹ ਹਾਲੇ ਤੱਕ ਵੀ ਪੰਜਾਬ ਦੀ ਸਰਕਾਰ ਨੂੰ ਦੇਣਾ ਪੈ ਰਿਹਾ ਔਰ ਬਹੁਤ ਸਾਰੇ ਹੋਰ ਪ੍ਰੋਜੈਕਟ ਲੈਣ ਲਈ ਵੀ ਪੰਜਾਬ ਸਰਕਾਰ ਵੱਲੋਂ ਆਪੋ ਆਪਣੇ ਵੱਖੋ ਵੱਖਰੇ ਮਹਿਕਮਿਆਂ ਦੇ ਸਕੱਤਰਾਂ ਦੇ ਰਾਹੀਂ ਪ੍ਰੋਜੈਕਟ ਤਿਆਰ ਕੀਤੇ ਗਏ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੇਤੀ ਨੂੰ ਸੰਕਟ ਵਿੱਚੋਂ ਕੱਢਣ ਲਈ ਕੁਝ ਇਹੋ ਜਿਹੇ ਨਵੇਂ ਪ੍ਰੋਜੈਕਟ ਲਿਆਉਣ ਦਾ ਤੇ ਪਾਸ ਕਰਾਉਣ ਦਾ ਯਤਨ ਜਿਹੜਾ ਹੈ ਅਮਰਿੰਦਰ ਸਰਕਾਰ ਦਾ ਹੋਏਗਾ, ਕਿਉਂਕਿ ਪੰਜਾਬ ਦੇ ਵਿੱਚ ਜਦ ਤੱਕ ਖੇਤੀ ਦੇ ਮਾਮਲੇ ਦੇ ਉੱਤੇ ਜਿਹੜੀ ਨਿਰਭਰਤਾ ਹੈ ਉਸ ਨੂੰ ਖਤਮ ਨਹੀਂ ਕੀਤਾ ਜਾਏਗਾ, ਪੰਜਾਬ ਦੇ ਵਿੱਚ ਨਵੇਂ ਉਦਯੋਗ ਨਹੀਂ ਲਿਆਂਦੇ ਜਾਣਗੇ ਉਦੋਂ ਤੱਕ ਪੰਜਾਬ ਦੀ ਆਰਥਿਕਤਾ ਜਿਹੜੀ ਹੈ ਡਾਵਾਂਡੋਲ ਹੁੰਦੀ ਰਹੇਗੀ। 2 ਲੱਖ ਕਰੋੜ ਦੀ ਇਸਦੇ ਉੱਤੇ 4 ਲੱਖ ਕਰੋੜ ਦਾ ਕਰਜ਼ਾ ਵੀ ਹੋ ਸਕਦਾ, ਪਰ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਸਹੀ ਸੁਥਰਾ ਸਾਫ਼ ਕਰਨ ਦੀ ਖਾਤਰ ਇਸ ਦੇ ਵਿੱਚ ਵੱਧ ਤੋਂ ਵੱਧ ਉਦਯੋਗ ਜਿਹੜੇ ਨੇ ਵੱਡੇ ਉਦਯੋਗ ਜਿਹੜੇ ਨੇ ਖੋਲ੍ਹੇ ਜਾਣ। ਤੋ ਵਿਕਾਸ ਦੇ ਕਾਰਜਾਂ ਲਈ ਵੱਡੇ ਪੈਸੇ ਦੀ ਲੋੜ ਹੈ ਔਰ ਵੱਡੇ ਪੈਸੇ ਹੋਣ ਦੇ ਬਾਵਜੂਦ ਜੇ ਵਿਉਂਤਬੰਦੀ ਨਹੀਂ ਹੁੰਦੀ ਹੈ ਤਦ ਵੀ ਇਸ ਗੱਲ ਦਾ ਘਾਟਾ ਰਹਿੰਦਾ ਹੈ। ਸੋ ਸਾਡੇ ਮਾਨਯੋਗ ਜਿਹੜੇ ਮੰਤਰੀ ਨੇ ਉਹਨਾਂ ਨੇ ਯਤਨ ਕਰਕੇ ਇਹ ਪ੍ਰੋਜੈਕਟ ਜਿਹੜਾ ਹੈ ਸਾਡੇ ਸਾਹਮਣੇ ਸਿੱਧੂ ਸਾਹਿਬ ਨੇ ਲਿਆਂਦਾ ਹੈ। ਇਹ ਯੋਜਨਾਬੰਦੀ, ਚੰਗੀ ਯੋਜਨਾਬੰਦੀ ਦਾ ਸਿੱਟਾ ਇਹ ਹੈ ਕਿ ਬਾਵਜੂਦ ਇਸ ਗੱਲ ਦੇ ਕਿ 2 ਸਾਲ ਇਸ ਮਾਮਲੇ ਦੇ ਉੱਤੇ ਪੈਸੇ ਇਕੱਠੇ ਕਰਨ ਨੂੰ ਲੱਗ ਗਏ, ਪਰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੇ ਫਾਈਨਾਂਸ ਡਿਪਾਰਟਮੈਂਟ ਤੋਂ ਜੁਗਾੜ ਕਰਵਾ ਕੇ ਇਹ ਪ੍ਰੋਜੈਕਟ ਜਿਹੜਾ ਗੁਰੂ ਨਗਰੀ ਦੇ ਨਾਲ ਸੰਬੰਧਿਤ ਹੈ ਉਸ ਨੂੰ ਲਾਗੂ ਕਰਨ ਦਾ ਯਤਨ ਕੀਤਾ ਹੈ। ਜੀ ਜੀ ਭਲਾਈ ਸਾਹਿਬ, ਮੇਰਾ ਲਾਸਟ ਸਵਾਲ ਹੈ ਕਿ ਜੋ ਵਿਕਾਸ ਕਾਰਿਆਂ ਦੀ ਝੜੀ ਲੱਗੀ ਹੋਈ ਹੈ ਕੈਪਟਨ ਸਰਕਾਰ ਵੱਲੋਂ, ਅਤੇ ਕੱਲ੍ਹ ਜੋ ਬਠਿੰਡਾ ਦੇ ਵਿੱਚ ਕਿਸਾਨਾਂ ਵੱਲੋਂ ਕੈਪਟਨ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ, ਕੀ ਲੱਗਦਾ ਆਉਣ ਵਾਲੀ ਲੋਕ ਸਭਾ ਚੋਣਾਂ 'ਚ ਕਿੰਨੀ ਕੁ ਲਾਹੇਵੰਦ ਹੋਏਗੀ ਇਹ ਵਿਕਾਸ ਝੜੀ? ਦੇਖੋ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ਭਰ ਦੇ ਵਿੱਚ ਵਿਕਾਸ ਦੀ ਝੜੀ ਤਾਂ ਲੱਗਣੀ ਲੱਗਣੀ ਹੈ। ਪੈਸੇ ਦੇਣ ਦਾ ਯਤਨ ਹੋਣਾ ਜੀ, ਬੜੀਆਂ ਨਵੀਆਂ ਨਵੀਆਂ ਸਕੀਮਾਂ ਸਾਹਮਣੇ ਲਿਆਂਦੀਆਂ ਜਾਣੀਆਂ ਨੇ ਜੀ, ਪਰ ਅਮਲਾਂ ਤੋਂ ਬਿਨਾਂ ਨਿਬੇੜੇ ਨਹੀਂ ਹੁੰਦੇ। ਬਿਲਕੁਲ, ਜਦ ਤੱਕ ਪ੍ਰੈਕਟੀਕਲੀ ਕੋਈ ਕੰਮ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਜ਼ੀਰੋ ਗਿਣਿਆ ਜਾਂਦਾ ਜੀ। ਹਾਲੇ ਤੱਕ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਮੱਧ ਦੇ ਵਿੱਚ ਹੀ ਅਸੀਂ ਗਿਣਦੇ ਹਾਂ, ਉਹਨੂੰ ਐਕਸੀਲੈਂਟ ਨਹੀਂ ਕਹਿ ਸਕਦੇ, ਉਹਨੂੰ ਬਿਲਕੁਲ ਮਾੜਾ ਵੀ ਨਹੀਂ ਕਹਿ ਸਕਦੇ, ਵਿੱਚ ਵਿਚਾਰੇ ਖੜੀ ਹੈ ਜੀ। ਤੋ ਵਿਕਾਸ ਦੇ ਕਾਰਜਾਂ ਦੀ ਝੜੀ ਉਹਦੇ ਵਿੱਚ ਥੋੜਾ ਜਿਹਾ ਹੋਰ ਹਲਾਰਾ ਤਾਂ ਦੇ ਸਕਦੀ ਹੈ, ਪਰ ਇਕੱਲੇ ਵਿਕਾਸ ਦੇ ਨਾਲ ਸਾਰਾ ਕੁਝ ਨਹੀਂ ਸੌਰਨਾ ਹੁੰਦਾ। ਦੇਖਣਾ ਹੁੰਦਾ ਕਿ ਰਾਜ ਦੇ ਵਿੱਚ ਕਾਨੂੰਨ ਦੀ ਵਿਵਸਥਾ ਕਿਹੋ ਜਿਹੀ ਹੈ, ਰਾਜ ਦੇ ਵਿੱਚ ਜਿਹੜੀਆਂ ਸੁੱਖ ਸੁਵਿਧਾਵਾਂ ਹੋਰ ਦੇਣ ਵਾਲੀਆਂ ਨੇ ਕੀ ਸਰਕਾਰ ਉਹ ਦੇ ਰਹੀ ਕਿ ਨਹੀਂ ਦੇ ਰਹੀ, ਕੀ ਪੰਜਾਬ ਦੇ ਲੋਕ ਜਿਹੜੇ ਨੇ ਸਰਕਾਰ ਦੀ ਇਸ ਕਾਰਗੁਜ਼ਾਰੀ ਤੋਂ ਖੁਸ਼ ਨੇ ਕਿ ਨਹੀਂ ਖੁਸ਼, ਕਿ ਉਹਨਾਂ ਦੀ ਗੱਲ ਜਿਹੜੀ ਹੈ ਸਰਕਾਰੀ ਦਰਬਾਰੇ ਸੁਣੀ ਜਾਂਦੀ ਆ ਜਾਂ ਸਿਰਫ ਭ੍ਰਿਸ਼ਟਾਚਾਰ ਦੇ ਰਾਹੀਂ ਹੀ ਉਹਨਾਂ ਦੇ ਸਾਰੇ ਕੰਮ ਜਿਹੜੇ ਨੇ ਵੱਡੀ ਦੇ ਨਾਲ ਹੀ ਹੁੰਦੇ ਨੇ। ਸੋ ਇਕੱਲੇ ਵਿਕਾਸ ਦੇ ਕਾਰਜ ਕੁਝ ਵੀ ਸਿਰੇ ਨਹੀਂ ਲਾਉਂਦੇ। ਦੇਖੋ ਮੋਦੀ ਸਾਹਿਬ ਨੇ ਬਹੁਤ ਸਾਰੀਆਂ ਸਕੀਮਾਂ ਚਾਲੂ ਕੀਤੀਆਂ ਨੇ ਪਰ ਉਹ ਸਿਰੇ ਨਹੀਂ ਚੜੀਆਂ, ਤੇ ਮੋਦੀ ਦੇ ਵਿਰੋਧ ਦੇ ਵਿੱਚ ਲਗਾਤਾਰ ਇਹ ਗੱਲ ਦੇਖਣ ਨੂੰ ਮਿਲਦੀ ਆ। ਪਰ ਆਮ ਤੌਰ ਤੇ ਕੀ ਹੁੰਦਾ, ਜਲਸਿਆਂ ਜਲੂਸਾਂ ਦੇ ਵਿੱਚ ਇਹ ਜਿਹੜੇ ਨੇਤਾ ਲੋਕ ਨੇ ਆਪਣੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਨੇ, 1-1.5 ਲੱਖ ਦੀ ਭੀੜ ਹੋਏਗੀ ਤੇ ਮੋਦੀ ਸਾਹਿਬ ਦੀ ਸਟੇਜ ਦੇ ਲਾਗੇ 500-700 ਬੰਦੇ ਮੋਦੀ 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 ਕਰਦਾ ਨਜ਼ਰ ਆਏਗਾ, ਤੇ ਮੈਨੂੰ ਲੱਗਦਾ ਵੀ ਇਵੇਂ ਹੀ ਅਮਰਿੰਦਰ ਸਿੰਘ ਦੀ ਜਿਹੜੀ ਸਟੇਜ ਸਜੀ ਹੋਏਗੀ ਉਸ ਦੇ ਲਾਗੇ
50-100 ਬੰਦਾ ਇਕੱਠਾ ਕਰਤਾ ਹੋਵੇਗਾ ਕਿ ਇਹ ਨਾਰੇ ਲਾਉਣ ਦਾ ਯਤਨ ਕੀਤਾ ਹੋਵੇਗਾ, ਅਮਰਿੰਦਰ ਸਿੰਘ ਜਿੰਦਾਬਾਦ, ਅਮਰਿੰਦਰ ਸਿੰਘ ਜਿੰਦਾਬਾਦ। ਪਰ ਅਮਰਿੰਦਰ ਸਿੰਘ ਜਾਂ ਮੋਦੀ ਜਿੰਦਾਬਾਦ ਉਦੋਂ ਹੀ ਹੋਏਗਾ ਜਦੋਂ ਲੋਕ ਹਿਤੈਸ਼ੀ ਗੱਲਾਂ ਜਿਹੜੀਆਂ ਨੇ ਇਹਨਾਂ ਸਰਕਾਰਾਂ ਵੱਲੋਂ ਕੀਤੀਆਂ ਜਾਣਗੀਆਂ ਤੇ ਲੋਕ ਮੰਨਣਗੇ ਕਿ ਅਮਰਿੰਦਰ ਸਿੰਘ ਸਾਡਾ ਹੈ। ਜੇ ਲੋਕ ਇਸ ਗੱਲ ਨੂੰ ਪ੍ਰਵਾਨ ਕਰ ਲੈਣਗੇ, ਤਦੇ ਕਿਸਾਨ ਪ੍ਰਵਾਨ ਕਰ ਲਏਗਾ, ਮਜ਼ਦੂਰ ਪ੍ਰਵਾਨ ਕਰ ਲਏਗਾ, ਇਸ ਤੋਂ ਅੱਗੇ ਮੁਲਾਜ਼ਮ ਪ੍ਰਵਾਨ ਕਰ ਲਏਗਾ, ਔਰ ਤੇ ਸਭ ਤੋਂ ਵੱਡੀ ਗੱਲ ਇਹ ਕਿ ਨੌਜਵਾਨ ਉਸ ਸਰਕਾਰ ਨੂੰ ਪ੍ਰਵਾਨ ਕਰ ਲਏਗਾ। ਨੌਜਵਾਨ ਤੇ ਅੱਜ ਪੰਜਾਬ ਛੱਡ ਕੇ ਲਗਾਤਾਰ ਬਾਹਰ ਜਾ ਰਿਹਾ, 2,25,000 ਨੌਜਵਾਨ ਹਰ ਵਰੇ ਜਿਹੜਾ ਰੋਸ਼ਨ ਦਿਮਾਗ ਹੈ ਉਹ ਬਾਹਰ ਨਿਕਲਦਾ ਜਾ ਰਿਹਾ, ਤੇ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਤੇ ਉਸ ਹਾਲ ਦੇ ਵਿੱਚ ਜਿੰਦਾਬਾਦ ਜਾਂ ਮੁਰਦਾਬਾਦ ਜਾਂ ਨਾਅਰੇਬਾਜ਼ੀ ਜਿਹੜੀ ਆ ਕੁਝ ਅਰਥ ਨਹੀਂ ਲਿਖਾਉਂਦੀ, ਵਿਕਾਸ ਦੇ ਕਾਰਜ ਅਰਥ ਨਹੀਂ ਲਿਖਾਉਂਦੇ। ਜਦੋਂ ਤੱਕ ਨਿਆਂ ਨਹੀਂ ਮਿਲਦਾ, ਜਦੋਂ ਤੱਕ ਸੰਤੁਸ਼ਟੀ ਨਹੀਂ ਮਿਲਦੀ, ਜਦੋਂ ਤੱਕ ਕਾਨੂੰਨ ਦਾ ਰਾਜ ਨਹੀਂ ਮਿਲਦਾ। ਸੋ ਇਹ ਸੀ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਤੇ ਖਾਸ ਗੱਲਬਾਤ। ਪ੍ਰੋਗਰਾਮ ਵਿੱਚ ਸਾਥ ਦੇਣ ਲਈ ਪਲਾਈ ਸਾਹਿਬ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।